ਵੇਖੋ ਜੀ ਪੰਜ ਰੁਪਏ ਲੈ ਕੇ ਚਲਾਨ ਕੱਟਣ ਦਾ ਵੇਖੋ ਜੀ ਆਹ ਬੱਸ ਮਹਾਂ ਬਜੀ ਵੇਖੋ ਨਾ ਚਲਾਨ ਦੀ ਖਾਤਰ ਇਹ ਜਗਤੋ ਦਾ ਕਾਂਡ ਜਗਤੋ ਦਾ ਇਹ ਪੰਜ ਪੰਜ ਰੁਪਏ ਲੈ ਕੇ ਕੱਟਣ ਦਾ ਚਲਾਨ ਮਾਸਕ ਦਾ ਜਦੋਂ ਇਹ ਰੈਲੀਆਂ ਕੱਢਦੇ ਉਦੋਂ ਕੋਈ ਕਰੋਨਾ ਨਹੀਂ ਜਦੋਂ ਜੱਟ ਜੀ ਵੀ ਜਾਂਦਾ ਕਰੋਨਾ ਹੋ ਜਾਂਦਾ ਵੱਧ ਤੋਂ ਵੱਧ ਸ਼ੇਅਰ ਕਰੋ ਪੰਜ ਪੰਜ ਰੁਪਏ ਲੈਂਦੇ ਆ ਵੇਖੋ ਆਹ ਵੇਖੋ ਜੀ ਵੇਖੋ ਆਹ ਵੇਖੋ ਇਹ ਲੋਕਾਂ ਤੋਂ ਪੈਸੇ ਲੈਂਦਾ ਲੱਖ ਲੱਖ ਰੁਪਏ ਦਿਖਾ ਪੈਸੇ ਕਿਸ ਲੈਣੇ ਲੋਕਾਂ ਨੂੰ ਆਹ ਵੇਖੋ ਹੁਣ ਮੂੰਹ ਛਪਾਉਂਦੇ ਫਿਰਦੇ ਆ ਕਿੰਨਾ ਕਰੋਨਾ ਲੋਕਾਂ ਨੂੰ ਹੋਰ ਜੀ ਆਹ ਤੁਹਾਡੇ ਜਗਤੋਂ ਚ ਕਰੋਨਾ ਕਹਿੰਦਾ ਜ਼ਿਆਦਾ ਆ ਗਿਆ ਹੀ ਰਿਹੋ ਹਾਂ ਬਈ ਹਾਂ ਵਧੀਆ ਹੋਣਾ ਉੱਥੇ ਆਇਆ ਗਿਆ ਆਹ ਵੇਖੋ ਜਗਤੋਂ ਦਾ ਕਾਂਡ ਗਰੁੱਪ ਜੀ ਪਾ ਗਰੁੱਪ ਪੈ ਗਈ ਤੇ ਲੋਕਾਂ ਤੋਂ ਪੈਸੇ ਕਿੱਥੋਂ ਆਏ ਆ ਉਹਦੇ ਕੰਨਾ ਕਰੋਨਾ ਜੋ ਰੈਲੀਆਂ ਕਰਦੇ ਉਦੋਂ ਕਰੋਨਾ ਕਿੱਥੇ ਜਾਂਦਾ ਵੇਖੋ ਕਹਿੰਦੇ ਡਰਾਈਵਰ ਨਾਲ ਇਹਨੇ ਮੁੰਡੇ ਮਾਸਕ ਨਹੀਂ ਪਾਇਆ ਇਹਨੂੰ ਕਰੋਨਾ ਆ ਗਿਆ ਆ ਵੇਖੋ ਚਲੋ ਬਤਾ ਹੋਣੀ ਚਾਹੀਦੀ ਤੁਹਾਨੂੰ ਸ਼ਰਮ ਕਰੋ ਕੋਨਾ ਕੋ ਆ ਵੇਖੋ ਪੈਸੇ ਲੈਂਦੇ ਆ ਵੇਖੋ ਆ ਵੇਖੋ ਜੀ ਹੁਣ ਪੰਜ ਪੰਜ ਰੁਪਏ ਲੈਂਦੇ ਆ ਕਹਿੰਦੇ ਮਾਸਕ ਪਾਓ ਕਰੋਨਾ ਦੂਰ ਹੋ ਜਾਂਦਾ ਇਹਨਾਂ ਦੀ ਲੱਖ ਲੱਖ ਰੁਪਇਆ ਤਨਖਾਹ ਲੋਕਾਂ ਤੋਂ ਪੈਸੇ ਲੈਂਦੇ ਆ ਵੇਖੋ ਜੀ ਵੇਖੋ ਤੁਸੀਂ ਸੱਚੇ ਜੇ ਬਾਕੀ ਨਹੀਂ ਗਾਲਾਂ ਕਰਦੇ ਤੁਸੀਂ ਆ ਜਾਓ ਆ ਜਾਓ ਆ ਤੁਹਾਡੇ ਜਗਤੋਂ ਚ ਗੁੰਡਾ ਕਰਦੀ ਵੇਖੋ ਲੈ ਲਓ ਪੈਸੇ ਹੋਰ ਕਹਿੰਦਾ ਚਲਾਨ ਮਾਸਕ ਦਾ ਜਦੋਂ ਇਹ ਰੈਲੀਆਂ ਕੱਢਦੇ ਉਦੋਂ ਕੋਈ ਕਰੋਨਾ ਨਹੀਂ ਜਦੋਂ ਜੱਟ ਜੀ ਵੀ ਜਾਂਦਾ ਕਰੋਨਾ ਹੋ ਜਾਂਦਾ ਵੱਧ ਤੋਂ ਵੱਧ ਸ਼ੇਅਰ ਕਰੋ ਪੰਜ ਪੰਜ ਰੁਪਏ ਲੈਂਦੇ ਆ ਵੇਖੋ ਆ ਵੇਖੋ ਜੀ ਵੇਖੋ ਆ ਵੇਖੋ ਇਹ ਲੋਕਾਂ ਤੋਂ ਪੈਸੇ ਲੈਂਦਾ ਲੱਖ ਲੱਖ ਰੁਪਏ ਦਿਖਾ ਪੈਸੇ ਕਿਸ ਲੈਣੇ ਲੋਕਾਂ ਨੂੰ ਆ ਵੇਖੋ ਹੁਣ ਮੂੰਹ ਛਪਾਉਂਦੇ ਫਿਰਦੇ ਆ ਕਿੰਨਾ ਕਰੋਨਾ ਲੋਕਾਂ ਨੂੰ ਹੋਰ ਜੀ ਆਹ ਤੁਹਾਡੇ ਜਗਤੋਂ ਚ ਕਰੋਨਾ ਕਹਿੰਦਾ ਜ਼ਿਆਦਾ ਆ ਗਿਆ ਹੀ ਰਿਹੋ ਹਾਂ ਬਈ ਹਾਂ ਵਧੀਆ ਹੋਣਾ ਉੱਥੇ ਆਇਆ ਗਿਆ ਆਹ ਵੇਖੋ ਜਗਤੋਂ ਦਾ ਕਾਂਡ ਗਰੁੱਪ ਜੀ ਪਾ ਗਰੁੱਪ ਪੈ ਗਈ ਤੇ ਲੋਕਾਂ ਤੋਂ ਪੈਸੇ ਕਿੱਥੋਂ ਆਏ ਆ ਉਹਦੇ ਕੰਨਾ ਕਰੋਨਾ ਜੋ ਰੈਲੀਆਂ ਕਰਦੇ ਉਦੋਂ ਕਰੋਨਾ ਕਿੱਥੇ ਜਾਂਦਾ ਵੇਖੋ ਕਹਿੰਦੇ ਡਰਾਈਵਰ ਨਾਲ ਇਹਨੇ ਮੁੰਡੇ ਮਾਸਕ ਨਹੀਂ ਪਾਇਆ ਇਹਨੂੰ ਕਰੋਨਾ ਆ ਗਿਆ ਆਹ ਵੇਖੋ ਚਲੋ ਬਤਾ ਹੋਣੀ ਚਾਹੀਦੀ ਤੁਹਾਨੂੰ ਸ਼ਰਮ ਕਰੋ ਕੋਨਾ ਕੋ ਆਹ ਵੇਖੋ ਪੈਸੇ ਲੈਂਦੇ ਆਹ ਵੇਖੋ ਆਹ ਵੇਖੋ ਜੀ ਹੁਣ ਪੰਜ ਪੰਜ ਸੌ ਰੁਪਏ ਲੈਂਦੇ ਆ ਕਹਿੰਦੇ ਮਾਸਕ ਪਾਓ ਕਰੋਨਾ ਦੂਰ ਹੋ ਜਾਂਦਾ ਹਾਂ ਬਈ ਇਹਨਾਂ ਦੀ ਲੱਖ ਲੱਖ ਰੁਪਇਆ ਤਨਖਾਹ ਲੋਕਾਂ ਤੋਂ ਪੈਸੇ ਲੈਂਦੇ ਆਹ ਵੇਖੋ ਜੀ ਵੇਖੋ ਤੁਸੀਂ ਸੱਚੇ ਜੇ ਬਾਕੀ ਨਹੀਂ ਗਾਲਾਂ ਕਰਦੇ ਤੁਸੀਂ ਆ ਜਾਓ ਆ ਜਾਓ ਆਹ ਤੁਹਾਡੇ ਜਗਤੋਂ ਚ ਗੁੰਡਾ ਕਰਦੀ ਵੇਖੋ ਲੈ ਲਓ ਪੈਸੇ ਹੋਰ ਜਦੋਂ ਉਹ ਰੈਲੀਆਂ ਕੱਢਦੇ ਉਦੋਂ ਕੋਈ ਕਰੋਨਾ ਨਹੀਂ ਤੇ ਜਦੋਂ ਅਸੀਂ ਉਦੋਂ ਕਰੋਨਾ ਆਹੋ ਇਹ ਪਾ ਦੇਣੀਆਂ ਗੇ ਖੇਡ ਆ ਕੋਈ ਪੈਸੇ ਲਓ ਲੋਕਾਂ ਤੋਂ ਹੋਰ ਲੰਘ ਗਏ ਥਾ ਦੇਣੀ ਤੇ ਜਮਾਂ ਬੇਕਾਰ ਕੰਮ ਕੀਤਾ ਸਰਕਾਰ ਨੇ ਜਮਾਂ ਬੇਕਾਰ ਕੰਮ ਕੀਤਾ ਪਹਿਲੀ ਗੱਲ ਤਾਂ ਜਿੱਥੇ ਚਾਰ ਬੀਬੀਆਂ ਖੜਦੀਆਂ ਬੱਸ ਨਹੀਂ ਰੁਕਣੀ ਗੀ ਦੂਜਾ ਨੰਬਰ ਇਹ ਹੈ ਵੀ ਜਿਹੜੇ ਬੱਚੇ ਇੱਥੇ ਸਰਕਾਰੀ ਨੌਕਰੀਆਂ ਕਰਦੇ ਆ ਪ੍ਰਾਈਵੇਟ ਨੌਕਰੀਆਂ ਕਰਦੇ ਆ ਇਹਨਾਂ ਬੱਚਿਆਂ ਨੂੰ ਤਨਖਾਹਾਂ ਕਿੱਥੋਂ ਦੇਣੀਆਂ ਇਹਨਾਂ ਬੱਸਾਂ 'ਚ ਤੇਲ ਕਿੱਥੋਂ ਪੈਣਾ ਜੇ ਟਿਕਟਾਂ ਨਾ ਕੱਟਣਗੇ ਤਾਂ ਇਹ ਦੱਸੋ ਕੈਪਟਨ ਸਰਕਾਰ ਨੂੰ ਬੱਸਾਂ ਦਾ ਕਿਰਾਇਆ ਫ੍ਰੀ ਦਿਸ ਗਿਆ ਜਿਹੜੇ ਧਰਨਿਆਂ ਦੇ ਬੈਠੇ ਉਹ ਨਹੀਂ ਦੀਦੇ ਇਹਨੂੰ ਵੀ ਮੈਂ ਉਹਨਾਂ ਕੋਲ ਪਹੁੰਚਾ ਵੋਟਾਂ ਲੈਣ ਨੂੰ ਤਾਂ ਜ਼ਿਲ੍ਹੇ ਜਾ ਜੂ ਪੰਜਾਬ 'ਚ ਆ ਜੂਗਾ ਇਹ ਦੱਸੋ ਪਹਿਲਾਂ ਇਹ ਕੰਮ ਕਰੇ ਜਿਹੜਾ ਕਰਨ ਵਾਲਾ ਚੱਜ ਦਾ ਇਹ ਕਮੀਨੇ ਕੰਮ ਕਿਉਂ ਕਰਦਾ ਹੈ ਇਹ ਕੰਮ ਕਰੇ ਧਰਨਿਆਂ 'ਤੇ ਪਹੁੰਚੇ ਦਿੱਲੀ ਉੱਥੇ ਜਾ ਕੇ ਉਹਨਾਂ ਦੀ ਸੁਣੇ ਜਿਹੜੇ ਮਾਵਾਂ ਦੇ ਪੁੱਤ ਮਰੀ ਜਾਂਦੇ ਆ ਇਹਨਾਂ ਬੱਸਾਂ ਦੱਸ ਗਈਆਂ ਬੱਸਾਂ ਬੰਦ ਕਰਨੀਆਂ ਕਿਰਾਇਆ ਮਾਫ਼ ਕਰਕੇ ਬੰਦ ਕਰਨੀਆਂ ਨੇ ਇਹ ਬੱਸਾਂ ਉਹੀ ਬੰਦ ਕਰ ਦੇਵੇ ਚਾਹੇ ਪ੍ਰਾਈਵੇਟ ਵਾਲਿਆਂ ਦਾ ਵੀ ਫ੍ਰੀ ਕਰੇ ਕੀ ਗੱਲ ਉਹਨਾਂ ਦਾ ਮਹੀਨਾ ਮਿਲਦਾ ਇਹਨੂੰ ਕੀ ਕਰਨਗੇ ਕੈਪਟਨ ਬੱਚੇ ਕੀ ਕਰਨਗੇ ਬੱਚਿਆਂ ਨੇ ਕਿੱਥੋਂ ਤਨਖਾਹਾਂ ਲੈਣੀਆਂ
जे इन्होंने टिकटा ना कटिया तो इन्होंने सरकार तनखावा कितों देगी। हाँ सारिया होनी चाहिए सारा एक पासे हो चाहे बच्चे नौकरियां देन। इन्हें गुटका चक के कसमा खान की अग लगी इन कसमा खादिया ने इन्हें की किया उन्हें कसमा का किनू मोबाइल दिते है किनू इन्हें नौकरियां दिखाई कि पेंशन वधाइया की किता इस बंदे ने।